ਮੈਂ ਪਹਿਲਾਂ ਬਣਾਓ ਆਪਣੇ ਬਚਪਨ ਨੇ ਯਾਰ ਤਾਜ਼ੀ ਕਰਾ ਚਕਲੇਟ ਨਹੀਂ ਸਮੋਕ ਹੋਣੀ ਹੈ ਇਸ ਨੇ ਰਵਰ ਬੈਠਾ ਤੇ ਪੰਜ ਛੇ ਲੰਗ ਚਲੋ ਹਸੀ ਗਿਲਾ ਵਾਹ ਜੀ ਵਾਹ ਬੜੀ ਗੱਲ ਹੈ ਜੀ ਇਹ ਕਿੱਧਰ ਇੱਥੇ ਉਠਾ ਲਈ ਦੇ ਗੋਲੇ ਪੰਜ ਛੇ ਚਾਰ ਹੋ ਗਏ ਨਿੱਕੀ ਜਿਹੀ ਖਿਲਾ ਲੈ ਸਾਰਾ ਤਾੜਾ ਖਿਲਾਣੇ ਆ ਅੱਠਵੀਂ ਐਂ ਕੀਤਾ ਐਂ ਕੀਤਾ ਅਸਲਾਮ ਵਾਲੇਗਾ ਮਾਏ ਭੈਣਾਂ ਭਰਾਓ ਠੀਕ ਹੋ ਸ਼ੋ ਅੱਜ ਤੁਸੀਂ ਕਿ ਆਪਣਾ ਆਪਣੇ ਬਚਪਨ ਨੇ ਯਾਰ ਤਾਜ਼ੀ ਕਲਾਸਾਂ ਮਨਸੂਰ ਜੱਟ ਵੀ ਕਲਾਸ ਹੁਣ ਸਾਰਾ ਕੁੰਡਾ ਤੁਸੀਂ ਛੱਲ ਛਾਂ ਜੇ ਬਚਪਨ ਨੇ ਗੋਲੇ ਉਠਾਲੇ ਦੇ ਉਹ ਵੀ ਛੱਲ ਛਾਂ ਇਹ ਬਚਪਨ ਦੇ ਗੋਲੇ ਹਾਂਜੀ ਕਦੀ ਨਾ ਤੁਸੀਂ ਕਿਹੜੇ ਆਲੇ ਸ਼ੋ ਗੋਲੇ ਸਿੱਟਣੀ ਕੱਲੀ ਹੋਣੀ ਜਾਣਾ ਉਸੇ ਬਈ ਨਾ ਆਪਣਾ ਸਲੈਡਾ ਮਾਰਨੇ ਹੋਣੇ ਜਾਂ ਬੱਟਾ ਕੋ ਮਾਰਨੇ ਹੋਣੇ ਨਾ ਪਤਾ ਨਹੀਂ ਨਾ ਆ ਅੱਜ ਕਿਆ ਦੱਸੋ ਅੱਜ ਦੱਸਾਂ ਆਏ ਇਹ ਚਕਲੇਟ ਨਹੀਂ ਸਮੋਕ ਹੋਣੀ ਹੈ ਇਸ ਨੇ ਰਬੜ ਬੈਠਾ ਤੇ ਪੰਜ ਛੇ ਲੰਘਣੀ ਹੈ ਪੰਜ ਛੇ ਪੰਜ ਛੇ ਟੇਬਾਂ ਸ਼ੁਭ ਲੰਘਣੀਆਂ ਹੁੰਦਾ ਹੈ ਮੋਟਰਸਾਈਕਲ ਸਮੋਕ ਹੋਣੀ ਹੈ ਲਾਣੀ ਹੈ ਮਾਰੋ ਡਰਲ ਡਰਲ ਗੋਲਾ ਉੱਠਣਾ ਯਾਰ ਆਹੋ ਮਾਰ ਜਿੰਨਾ ਪੈਣਾ ਬਣਾ ਸਾ ਤੇ ਉਹਨੂੰ ਸਕਸ਼ੇਪ ਨਹੀਂ ਕੀਤਾ ਸ਼ੁਰੂ ਸਕਸ਼ੇਪ ਕਰੇ ਤੇ ਨਵੇਂ ਅੱਛੀ ਨੀ ਵੀਡੀਓ ਅੱਛੀਆਂ ਵੀਡੀਓ ਤੁਸੀਂ ਮਿਲੀਆਂ ਨਹੀਂ ਬਚਪਨ ਦੀ ਯਾਦ ਆਟਾ ਦੀ ਕਿਦਾ ਸ਼ੋ ਬਚਪਨ ਯਾਦ ਇਹ ਮੱਚ ਕਰ ਸੋਚੂ ਹਾਂਜੀ ਇਹ ਦੇਖੋ ਇਹ ਮੱਚ ਕਰ ਸੋਚੂ ਮੈਂ ਕੀ ਕਰ ਸੋ ਮੈਂ ਕੋ ਨਹੀਂ ਜਾਚ ਇਹ ਗੁਲਾ ਠਾਲ ਨਹੀਂ ਉਸਰੇ ਇਹ ਤੁਸੀਂ ਪਤਾ ਪੁਰਾਣੇ ਜ਼ਮਾਨੇ ਇੱਕ ਕੱਲੀ ਹੋਣੀ ਸੀ ਸਿਕਟਾਣੀ ਸਿਕਟਾਣੀ ਕੱਲੀ ਵੀ ਕੁਝ ਕਰਨੇ ਹੋਣੇ ਸਨ ਖੋਲੋ ਟਿਬਰੀ ਕੋਟੋ ਅਸ਼ ਮੋਕੇ ਨਹੀਂ ਮਠਿਆ ਲੈਣੀ ਮੁਕੇ ਮੁਟਸੇ ਸੋਕ ਹੈ ਉਹ ਦੇਣੀ ਵਾਹ ਵਾਹ ਲੈਸ ਇਹ ਦਾਰੂ ਵੀ ਬਣਿਆ ਮਾਚਾ ਨਾਲ ਫਿਰ ਮੈਂ ਗੋਲਾ ਉਠਾਇਆ ਇਹ ਕਿਹੜਾ ਕਿਹੜਾ ਪੀਣਾ ਪਰਾ ਸਿਖਾ ਲੈ ਰਹੇ ਇਹ ਨਵਾਂ ਆ ਪੁਰਾਣਾ ਇਹ ਨਵਾਂ ਦੌਰ ਆਇਆ ਜੀ ਪੁਰਾਣੇ ਦੌਰ ਕੱਲੀ ਸੁਣਾਉਣੇ ਸਨ ਕੱਲੀ ਹੋਣੀ ਸੀ ਇੱਕ ਕੱਲੀ ਬਣੇ ਸਨ ਨਾ ਸਿਫਟਾਂ ਨਹੀਂ ਜੇ ਤਾਂ ਉੱਪਰ ਮਾਰਨੇ ਸਨ ਸਲੈਟਾ ਪੱਥਰ ਜਾਂ ਸਲੈਟਾ ਮਾਰਨੇ ਸਨ ਫੁੱਟ ਜਾਣਾ ਸੀ ਕਹਿ ਹਲ ਅਰੇ ਇਹ ਨਵੇਂ ਦੌਰ ਨਹੀਂ ਹੈ ਇਹ ਤੁਸੀਂ ਕੁਝ ਯਾਦ ਸੀ ਜੀ ਇਹ ਮਾਚਸ ਕਰੂ ਜੀ ਹੁੰਦੇ ਨੇ ਹਾਂਜੀ ਹੁਣ ਡੱਬਾ ਦਾਸਾਂ ਦੁਕਾਨਾਂ ਬਣਾਉਣ ਸਾਂ ਡੱਬਾ ਨੇ ਉਹ ਡੱਬਾ ਨਹੀਂ ਛੇ ਮਾਚਸਾਂ ਆਉਂਦੀਆਂ ਸੀ ਇਹ ਮਾਚਸ ਬਹੁਤ ਚੰਗੀ ਹੈ ਅੱਛਾ ਹੋਰ ਸਾਰੇ ਨੱਕਣ ਦੁਕਾਨਾਂ ਤਾਂ ਹੁਣ ਸੀ ਕਿਆ ਕੀਤਾ ਜਾਸੀ ਫਿਰ ਦਾਰੂ ਪੀ ਗਿਆ ਇਹ ਪੀ ਗਿਆ ਹੁਣ ਮੈਂ ਜਿੰਨੀ ਕਿ ਫਾਇਦਾ ਤਾਂ ਕਿ ਨਹੀਂ ਫਾਇਦਾ ਦੱਸ ਨਹੀਂ ਨਾਦਰੀ ਕੀ ਬੰਦ ਹੋ ਗਿਆ ਇਹ ਮੇਕ ਕਿਸ ਨੇ ਲਈ ਨਹੀਂ ਬੜੀ ਗੱਲ ਹੈ ਜੀ ਇਹ ਕਿੱਧਰ ਇੱਥੇ ਉਠਾ ਲਈ ਦੇ ਗੋਲੇ ਪੰਜ ਛੇ ਚਾਰ ਆਜੀ ਇਹ ਇੱਕ ਸਕੋਪ ਸਮੋਕ ਕਿੰਨੀ ਜੀ ਨਾ ਉਹ ਬਲੈਕਾਂ ਵਿੱਚ ਟੇਬੀ ਸੀ ਫਿਰ ਨਵੀਂ ਕਿਤੇ ਗਈ ਇਹ ਬਲੈਕਾਂ ਟੇਬੀ ਸੀ ਆਜੀ ਇਹ ਨਵੀਂ ਹੋ ਗਈ ਦੇਈ ਤਾਂ ਪੇਣਾ ਪਰ ਠਾਲਿਆ ਕਰਸੋ ਹੁਣ ਅਸਾਂ ਜਿੰਨੇ ਨਾ ਨਾਮ ਛੁੱਟਾ ਅਫੀਸ਼ਲ ਅਸਾਂ ਇਹ ਕਰਨੇ ਇਹ ਚੀਜ਼ ਜੀ ਇਸੀ ਕਹਣੇ ਸੋ ਇਹ ਪੀ ਲਈ ਆਪਣਾ ਨਾ ਜਮਾਇਆ ਜਾ ਰਿਹਾ ਸੁਣਿਆ ਤਾਂ ਕੋ ਬੁੰਨੀ ਆ ਹਾਂ ਪੁਰਾਣੇ ਜਮਾਨੇ ਹੁੰਦੇ ਸਨ ਨਾ ਵਾਹ ਜੀ ਵਾਹ ਵਾਹ ਜੀ ਵਾਹ ਆਜੀ ਇਹ ਖਟਾਲ ਬੁੰਨੀ ਆ ਤੁਸੀਂ ਮੰਨੀ ਗਿਆ ਪ੍ਰਿੰਸ ਸਾਹਿਬ ਇਹ ਕਿਹੜਾ ਕਾ ਬੰਦਾ ਪੀੜੀਆਂ ਬਿਣਾ ਰਿਹਾ ਕਹਿ ਹਲੇ ਆ ਜਾ ਕਿਹੜਾ ਕਿਹਾ ਬਿਣਾ ਨਸ਼ੇ ਜ਼ਰੂਰ ਬਈ ਕਮੈਂਟ ਕਰੀਏ ਬਿਓ ਹਾਂ ਜਨਾਬ ਸਾਹਿਬ ਉਹ ਮੰਦਰੀ ਹੈ ਜੀ ਮੰਦਰੀ ਹੋਣੀ ਪੀੜੀ ਹੋਣੀ ਹੈ ਨਾ ਹਾਂ ਵਾਹ ਜੀ ਪੀੜੀ ਮੰਦਰੀ ਹੋਣੀ ਹੈ ਜਨਾਬ ਆ ਲੈ ਵੀ ਜਾਨੀ ਹੈ ਸ਼੍ਰੀ ਇਹ ਸੀ ਕਿ ਆਇਆ ਸਰ ਇਹ ਡਿੰਗੀ ਹੋ ਗਈ ਹੈ ਜਾਂ ਫਿੱਡੀ ਵੀ ਹੈ ਐਸ਼ ਨਾਲ ਗੰਨੇ ਹੋਣੀ ਹੈ ਹਾਂ ਆ ਪੋੜੋ ਹਾਂ ਇਹ ਕੀ ਹੋਣਾ ਹੈ ਟਿਬਰੀ ਹੈ ਆ ਜੀ ਦਾਰੂ ਪੀਣਾ ਸੀ ਜੇ ਆ ਜੀ ਇਸੇ ਦੀ ਕਰਨ ਡਿੰਗੀ ਹੋ ਗਈ ਹੈ ਮਾਰ ਰਿਹਾ ਡਿੰਗੀ ਹੋ ਜਾਣੀ ਹੈ ਉਹ ਸਿੱਧੀ ਕਰਨਾ ਖਲ ਗੇੜਾ ਸਿੱਧੀ ਕਰਨੇ ਹੋਣੇ ਉਹ ਆਏ ਹਾਏ ਡਿੰਗੀ ਕਰਨੇ ਹੋ ਦਦਾ ਸਿੱਧੀ ਕਰਨੋ ਕਬ ਦਾ ਉਸੀ ਨਹੀਂ ਤੋ ਹੋ ਗਈ ਹੈ ਐ ਹੋ ਗਈ ਹੈ ਖਲ ਉਹ ਕੀ ਕਰਾਂ ਮੰਡਰੀ ਸਾਰਾ ਕੁਝ ਦਿਸ਼ਾ ਲਾ ਲਿਆ ਸ਼ਕਦੇ ਸੋਈ ਉੱਚੀ ਕਰੋ ਹੈਲੋ ਜੀ ਉਹ ਛੋਟੀ 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 ਗਲਤੀ ਹੋ ਗਈ ਹੈ ਸੰਜੋ ਜੀ ਚਲੋ ਬਣਾ ਠੀਕ ਹੋ ਗਿਆ
ਮਾਇ ਪੈਣ ਆਪਣਾ ਹੋਏ ਕੋ ਬਚਪਨ ਦੀ ਯਾਦ ਤਾਸ਼ੀ ਕਰਾਣੇ ਆ ਦੱਸੋ ਕਾ ਦੱਸੋ ਇਹ ਗਿਆ ਇਹ ਸੱਜੀ ਵੀ ਤਾਂ ਨਹੀਂ ਕੁਝ ਹੋਣੀ ਹਾਂਜੀ ਇਹ ਕਿਹਣ ਵਾਲਾ ਕੋਲ ਦੱਸੋ ਨੀ ਕਰੀਏ ਬਚਪਨ ਯਾਦ ਹੈ ਆਜੀ ਲਾਈਨਾ ਬਚਪਨ ਯਾਦ ਹੈ ਗਰੀਆ ਲਾਣੇ ਮੈਂ ਪਹਿਲਾਂ ਪੜੋਈ ਖੋਰ ਯਾਰ ਟਾਸੀ ਕਰਨੀ ਆ ਜੂ ਲੈ ਪਿੰਗੇ ਪਿੰਗੇ ਨਹੀਂ ਹੈ ਵਾਹ ਜੀ ਵਾਹ ਭਾਈ ਟਾਸੀ ਖਾਣ ਹੋਏ ਲਾ ਰਿਹਾ ਕੋਈ ਗੱਤ ਹੈ ਇਹ ਪੁਰਾਣੀ ਯਾਦ ਨਵੀਂ ਯਾਦ ਹੈ ਇਹ ਪੁਰਾਣੀ ਵੀ ਯਾਦ ਹੈ ਨਵੀਂ ਵੀ ਦੋਏ ਆ ਦੇਖੋ ਜੀ ਉੱਪਰ ਬੱਦੀ ਨਹੀਂ ਨਾ ਤਾਰਾ ਨੇ ਬੱਦੀ ਇਹਨੂੰ ਹਾਂਜੀ ਬ੍ਰੇਮ ਸਾਹਿਬ ਕੀ ਕਰਨੇ ਉੱਥੇ ਖੇਲ ਵਾਹ ਜੀ ਵਾਹ ਬੈਕਗ੍ਰਾਉਂਡ ਕਹਿੰਦੇ ਫੁੱਲ ਇਹਦੇ ਚ ਮਾਹੀ ਹੋਣਾ ਰਸ ਹੋਣਾ ਮਾਖੀਆਂ ਲਿਖਣਾ ਮਾਖੀਆਂ ਤੂੰ ਕੱਢੀ ਖਾਣਾ ਰਸ ਇਹਨਾਂ ਰਸ ਹੋਣੀ ਫੁੱਲਾਂ ਚ ਬੈਕਣਾ ਨੀ ਫੁੱਲ ਕੋਈ ਲਿਖਣਾ ਕੀੜੇ ਨਾ ਵਿਚਾਰ ਕੀੜਾ ਵਿੱਚ ਕੋਈ ਕਣਕਾਂ ਨਿਸਰੀ ਹੋਈਆਂ ਮਤਲਬ ਇਹਦੇ ਕੋਲ ਸਿੱਟੇ ਲਿਖੜੀ ਏ ਇਬਰਾਹਿਮ ਸਾਹਿਬ ਕਹਿ ਕੇ ਦੱਸੋ ਹੁਣ ਅਗਲੀ ਚੀਜ਼ ਹੋਰ ਸ਼੍ਰੀ ਜਾਨੀਆਂ ਫਲੀਆਂ ਦਸ਼ਾ ਮਾਰੇ ਪੈਣਾ ਦਾ ਮਾਰੇ ਪੜਾਓ ਅੱਛਾ ਸ਼੍ਰੀ ਜਾਨੀਆਂ ਜਿਹੜੀਆਂ ਫਲੀਆਂ ਨਹੀਂ ਹੋਣੇ ਕੱਪੜੇ ਹੋਣੇ ਇਹਨਾਂ ਜੀ ਕੀ ਲਿਖਣਾ ਆ ਕੋਈ ਵੀ ਜਾਂ ਲਿਖਣੇ ਆਜੀ ਵਾਹ ਜੀ ਵਾਹ ਇਹਨੇ ਖਾਣੇ ਹੋਣੇ ਉਹ ਅਮਨ ਲੱਗਦਾ ਕਿ ਜੀ ਇਹ ਗੁਰ ਖਾਣਾ ਇਹ ਕਸਤ ਹੋਣੀਆਂ ਫਿਰ ਅਸ਼ਰੀ ਆ ਵੀ ਹੋਣਾ ਵੀ ਅੱਛਾ ਹਾਂ ਉਹ ਦੱਸੋ ਜੀ ਨਾ ਕਿ ਇਹ ਤੱਕੋ ਜੀ ਇਹ ਫਲੀਆਂ ਚ ਹੋਣਾ ਆ ਤਾਂ ਸਰੀਆਂ ਦਾ ਬੂਟਾ ਤੱਕੋ ਜੀ ਹੁਣ ਇਹ ਸਰੀਆਂ ਦਾ ਬੂਟਾ ਜਨਾਬ ਪਹਿਲਾਂ ਦਾ ਮਾੜੇ ਪੜਾਓ ਅੱਜ ਕਈ ਹੋਰ ਯਾਰ ਬਚਪਨ ਨਹੀਂ ਤਾਜ਼ੀ ਕਰਾਂਗੇ ਆ ਫੁੱਲ ਡੈਸ਼ਾਂ ਤੁਸੀਂ ਕਿਹਦਾ ਕਿਹਦਾ ਬੰਦਾ ਇਹਨਾਂ ਦੀਆਂ ਗਾਣੀਆਂ ਬਣਾ ਰਿਹਾ ਇਹ ਬਚਪਨ ਯਾਦ ਹੈ ਗਾਣੀਆਂ ਬਣਾ ਰਿਹਾ ਇਸੇ ਪੱਟੋ ਮੁੰਡੂ ਪੱਟੋ ਉਸਕੀ ਅਰੀ ਇਹ ਦਕਸੋ ਚਿੜੀਆਂ ਨੇ ਕਾਂਗੇ ਕਿਆ ਸੰਗੰਗੇ ਨੇ ਚਿੜੀਆਂ ਨੇ ਹਾਂ ਇਹਨੇ ਕੀ ਕਰੀ ਨਾ ਇਹ ਚਿੜੀਆਂ ਆਈਆਂ ਆਈਆਂ ਫਿਰ ਨਹੀਂ ਹੋਣੀਆਂ ਹਾਂ ਆਜੀ ਇਹ ਦੋ ਅੱਛਾ ਇਹ ਗਾਣੀ ਨਾ ਬਣਾਸੋ ਧੁੱਪੇ ਚ ਫੁੱਲ ਸਹੀ ਖੁੱਲ ਜਾਣਾ ਇਲਾ ਬੰਦ ਕਿਉਂ ਹੋਇਆ ਚੜ ਪਿਆ ਤਾਂ ਬੰਦ ਹੋਇਆ ਅੱਛਾ ਇਹ ਬਹੁਤ ਪੁਰਾਣਾ ਫੁੱਲ ਇਸੇ ਗਾਣੀ ਬਣਾਸੋ ਇਸੇ ਤਰ੍ਹਾਂ ਅੱਗੇ ਘੂ ਪੰਡੋਣਾ ਜੀ ਐ ਤੱਕੋ ਜੀ ਗਾਣੀ ਬਣਸੀ ਹੁਣ ਅਬਰਾਹਿਮ ਸਾਹਿਬ ਇੱਕ ਵਾਰ ਦੂਏ ਪਾਸੇ ਕਰੋ ਸੁਣਾ ਉਹ ਦੂਏ ਪਾਸੇ ਕਰਨੀ ਪੈਣੀ ਹੈ ਨਾ ਜੀ ਠੀਕ ਹੈ
ਇਹ ਇਬਰਾਹਿਮ ਸਾਹਿਬ ਜਾ ਜੀ ਮਿਸ਼ਾ ਕੋਈ ਬਣਾਉਣੀ ਕੋਈ ਤਾਂ ਇੱਕ ਹੀ ਜੀ ਗਾਣੀ ਬਣਾਉਣੀ ਜੀ ਕਿਆ ਕਰਨੇ ਹੋ ਇਹ ਗਾਣੀ ਬਣਾਈਦਾ ਇੱਕ ਹੋਰ ਪੜੋਸ ਇੱਕ ਪਰਲੇ ਪੜੋਸ ਇਹਦੇ ਹੋਰ ਕਰੋਸ ਇਹ ਪੜਨਾ ਬਿਲਕੁਲ ਕਿਆ ਕਰਨੇ ਹੋ ਜੀ ਤੁਸੀਂ ਸਿੱਧੇ ਆਹ ਵੀਡੀਓ ਬਣਾਈ ਦਾ ਆਇਆ ਗੁਜੀਨੀ ਅਬਰੇਨ ਸਾਹਿਬ ਗੁੱਸਾ ਕਰਨੇ ਅਬਰੇਨ ਸਾਹਿਬ ਨੇ ਇਹ ਕੀ ਆਈ ਕਿ ਮੈਂ ਵੀਡੀਓ ਬਣਾਉਣਾ ਨਾ ਮੈਂ ਗੋੜਾ ਕਰਨਾ ਜੀ ਬਹੁਤ ਗੁੱਸਾ ਕਰਨੇ ਜੀ ਅਰਾ ਇਹ ਤੁਹਾਨੂੰ ਅਬਰੇਨ ਸਾਹਿਬ ਫੁੱਲ ਮੰਨਣਾ ਹੀ ਕੋਈ ਨਹੀਂ ਕਿਹਾ ਵਜਾ ਗਾਣੀ ਮੰਨਣੀ ਕੋਈ ਨਹੀਂ ਇਹ ਸਿੱਧੀ ਵੱਜਣੀ ਹੈ ਨਾ ਸਿੱਧੀ ਖਲੋ ਇਹ ਸਿੱਧੀ ਵੱਜਣੀ ਨਾ ਸਿੱਧੀ ਵੱਜਣੀ ਹੈ ਅਸਲ ਗੱਲ ਅੱਜ ਫੁੱਲ ਸੁਣਾ ਸੀ ਜੇ ਅਸਾਂ ਸਹੀ ਕੋਈ ਨਹੀਂ ਇਹ ਸਿੱਟੀ ਵਜੇਗੀ ਨਹੀਂ ਜਨਾਬ ਅੱਛਾ ਵੱਡੇ ਵੱਡੇ ਡੋਨ ਸਿੱਟੀ ਹੁੰਦੀ ਬੁਲਾਲ ਸ਼ਾਬ ਬੁਲਾਲ ਸ਼ਾਬ ਉੱਤੇ ਬੋਲੋ ਇੱਕ ਵਾਰ ਬਟ ਮੈਨੂੰ ਯਾਦ ਆ ਗਈ ਕਿ ਦਾਸਾਂ ਦੀ ਗਿਆ ਉਹਨਾਂ ਮੈਚ ਖੇਡਣ ਉਹ ਬਾਲ ਹਾਂ ਸਿੱਟੀ ਕਿ ਰਿਹਾ ਉਹ ਬਾਲ ਉਹ ਇਹ ਕਰਨਾ ਵੇ ਇੱਕ ਕੈ ਕਿਆ ਹੋ ਜਾਏ ਇਸੀ ਕੋਣ ਪਤਾ ਬਾਹਰ ਕਰਾਣੇ ਨਾ ਆ ਵਾਹ ਜੀ ਵਾਹ ਤੁਸੀਂ ਕਿੰਨਾ ਅਰਸਾ ਮੈਚ ਨਹੀਂ ਹੋਈ ਗਿਆ ਤਕਰੀਬਨ ਇੱਕ ਸਾਲ ਹੋ ਗਿਆ ਮੈਂ ਉਹ ਖੇਡਣਾ ਕੋਣ ਕਿਹੜਾ ਕਿਹੜਾ ਖਿਡਾਰੀ ਮਨਸੋ ਮੈਂ ਬਰਸ਼ਾ ਸ਼ੈਡ ਫਰੀਦੀ ਦਾ ਫਖਰ ਜੁੱਤੀ ਕਿਹਨਾਂ ਜੀ ਕਿਆ ਕਰਨੇ ਹੋ ਕੋਈ ਪਤਾ ਸੁਣੀ